ਆ ਸਾਈਟ ਤੇ ਚੈੱਕ ਕਰ ਲਓ ਬਈ, ਬੈਲਟ ਸਿਲੈਕਸ਼ਨ ਪੀਰੀਅਡ ਇੰਡੀਆ 14 ਤਰੀਕ ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2025 ਤੱਕ। ਹੁਣ ਟਾਈਮ ਬੜਾ ਘੱਟ ਰਹਿ ਗਿਆ, ਔਰ ਅਪਲਾਈ ਕਰਾਓ। ਪੈਸੇ ਨਾ ਦੇਖੋ, ਪੈਸੇ ਸੋਚੋ ਕਿ ਤੁਸੀਂ ਦਾਨ ਕਰਤੇ ਯਾਰ, ਜੇ ਤੁਹਾਡਾ ਨਹੀਂ ਵੀ ਨਾਮ ਆਉਂਦਾ, ਪਰ ਤੁਸੀਂ ਇੱਕ ਵਾਰ ਅਪਲਾਈ ਕਰਾਓ ਤਾਂ ਕਿ ਬਾਅਦ ਦੇ ਵਿੱਚ ਹੁਣ ਆਪਾਂ ਜਿੱਥੇ ਜਾਂਦੇ ਹਾਂ ਨਿਊ ਐਪਲੀਕੇਸ਼ਨ 'ਤੇ, ਤਾਂ ਇੱਥੇ ਜਾ ਕੇ ਆਪਾਂ ਦੇਖਦੇ ਹਾਂ ਵਰਕ ਐਂਡ ਹੋਲੀਡੇ ਵੀਜ਼ਾ 462। ਆਹ ਚੀਜ਼ ਆ ਰਹੀ ਹੈ ਤੁਹਾਡੇ ਸਾਰਿਆਂ ਦੇ ਅਨਐਕਸਪੈਕਟ। ਹਾਂਜੀ ਬਾਈ, ਕੀ ਹਾਲ ਨੇ ਸਾਰਿਆਂ ਦੇ? ਵੈਲਕਮ ਬੈਕ ਟੂ ਦੀ ਅਨਦਰ ਵਲੌਗ ਗਾਇਜ਼। ਅਤੇ ਮੈਂ ਬਹੁਤ ਜਾਣਿਆਂ ਦੇ ਨਾ ਮੈਨੂੰ ਕਮੈਂਟ ਅਤੇ ਮੈਸੇਜ ਆ ਰਹੇ ਨੇ ਕਿ ਉਹਨਾਂ ਦੇ ਐਰਰ ਬਹੁਤ ਆ ਰਹੇ ਨੇ, ਸਾਈਟ ਓਪਨ ਨਹੀਂ ਹੋ ਰਹੀ, ਅਤੇ ਜੇ ਇਮੀ ਅਕਾਊਂਟ ਬਣ ਰਿਹਾ ਤਾਂ ਉਸ ਤੋਂ ਬਾਅਦ ਐਪਲੀਕੇਸ਼ਨ 'ਤੇ ਐਰਰ ਆ ਰਿਹਾ, ਜੇ ਐਪਲੀਕੇਸ਼ਨ ਭਰ ਰਹੇ ਹਾਂ ਤਾਂ ਫੀਸ 'ਤੇ ਐਰਰ ਆ ਰਿਹਾ। ਤਾਂ ਮੇਰੀ ਗੱਲ ਸੁਣ ਲਓ ਬਾਈ, ਕੱਲ੍ਹ ਨਾ ਮੈਂ ਉੱਥੇ ਸਾਈਟ 'ਤੇ ਪੜ੍ਹਿਆ ਸੀ, ਕੱਲ੍ਹ ਨਹੀਂ ਸੋਰੀ ਪਰਸੋਂ, ਕਿ 6 ਤਰੀਕ ਨੂੰ ਜਿਹੜੀ ਆ ਇਹ ਸਾਈਟ ਆ ਉਹ ਮੇਨਟੇਨੈਂਸ 'ਤੇ ਜਾਊਗੀ। ਹੁਣ ਉਹ ਮੈਨੂੰ ਆਰਟੀਕਲ ਮਿਲ ਨਹੀਂ ਰਿਹਾ ਹੈਗਾ, ਮੇ ਬੀ ਮੇਰੇ ਖਿਆਲ 'ਤੇ ਉਹ ਮੇਨਟੇਨੈਂਸ 'ਤੇ ਚਲੀ ਜਾਣ ਕਰਕੇ ਉਹ ਆਰਟੀਕਲ ਸ਼ਾਇਦ ਹੁਣ ਹਟ ਗਿਆ। ਉਹ ਕੱਲ੍ਹ ਦੀ ਮੇਨਟੇਨੈਂਸ ਦੇ ਵਿੱਚ ਸੀਗੀ, ਕੱਲ੍ਹ ਵੀ ਮੈਨੂੰ ਲੱਗਦਾ ਸਾਈਟ ਸਾਰੀ ਕੱਲ੍ਹ ਵੀ, ਹਾਂ ਕੱਲ੍ਹ ਵੀ ਸਾਰਾ ਦਿਨ ਸਾਈਟ ਓਪਨ ਨਹੀਂ ਹੋਈ ਹੈਗੀ। ਅੱਜ ਵੀ ਮੈਂ ਬਹੁਤ ਟਰਾਈ ਕੀਤਾ, ਅੱਜ ਓਪਨ ਨਹੀਂ ਹੋਈ, ਬਟ ਸਵੇਰੇ ਓਪਨ ਹੋਈ ਸੀ। ਮੈਂ ਆਪਣੇ 3 ਕਲਾਇੰਟ ਦਾ ਸਵੇਰੇ ਕੰਮ ਕਰਤਾ ਸੀਗਾ, ਉਹਨਾਂ ਦੇ ਆਪਣਾ ਰਜਿਸਟ੍ਰੇਸ਼ਨ ਸਬਮਿਟ ਹੋ ਗਈ ਸੀਗੀ। ਤਾਂ ਇਹਦੇ ਵਿੱਚ ਐਂ ਆ ਯਾਰ, ਤੁਹਾਨੂੰ ਟਰਾਈ ਕਰਨਾ ਪੈਣਾ, ਹੋਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਦੂਜੀ ਆਪਸ਼ਨ ਤੁਹਾਡੇ ਕੋਲ ਬਸ ਇਹ ਬਚਦੀ ਹੈ ਕਿ ਤੁਸੀਂ ਮੇਰੇ ਤੋਂ ਫਿਲ ਕਰਾ ਸਕਦੇ ਹੋ। ਫੀਸ ਸਾਡੀ 3100 ਆ, ਸਿਰਫ 3100 ਇੰਕਲੂਡਿੰਗ, ਇਹਦੇ ਵਿੱਚ ਜਿਹੜੀ ਫੀਸ ਆ $25 ਦੀ, ਉਹ ਦਿੱਤੇ ਹੋਏ ਗਏ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਇੰਸਟਾਗ੍ਰਾਮ 'ਤੇ DM ਕਰ ਸਕਦੇ ਹੋ, ਅਸੀਂ ਅਪਲਾਈ ਕਰ ਦਾਂਗੇ। 20-25 ਹਜ਼ਾਰ ਵਾਲੀ ਗੇਮ ਨਹੀਂ ਹੈਗੀ, ਉੱਧਰ ਨਾ ਭੱਜੋ। ਦੂਜੀ ਗੱਲ, ਇਹਦਾ ਹੁਣ ਟਾਈਮ ਬੜਾ ਘੱਟ ਰਹਿ ਗਿਆ, 14 ਤਰੀਕ ਤੋਂ ਸਿਲੈਕਸ਼ਨ ਪੀਰੀਅਡ ਸ਼ੁਰੂ ਹੋ ਜਾਣਾ 30 ਅਪ੍ਰੈਲ 2025 ਤੱਕ। ਤਾਂ ਇਸ ਕਰਕੇ ਬਾਈ, ਛੇਤੀ ਤੋਂ ਛੇਤੀ ਅਪਲਾਈ ਕਰ ਲਓ, ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਹੁਣ ਇੱਕ ਛੋਟੀ ਜਿਹੀ ਰਕਮ 'ਤੇ ਪਛਤਾ ਰਹੇ ਹੋ ਨਾ ਕਿ ਬਾਈ ਯਾਰ ਇੰਨੇ ਪੈਸੇ ਨੇ, 3100 ਆ, ਹੈ ਨਾ, ਜਾਂ 1500 ਆ, ਜਾਂ ਏਜੰਟਾਂ ਨੂੰ ਤੁਸੀਂ 10-10 ਹਜ਼ਾਰ ਦੇਣ ਨੂੰ ਤਿਆਰ ਹੋ, ਤੁਸੀਂ ਇੰਨੇ ਪੈਸੇ ਲਾ ਨਹੀਂ ਸਕਦੇ। ਬਾਅਦ 'ਚ ਜੇ ਤੁਹਾਡੇ ਨਾਲ ਦਿਆਂ ਦਾ ਨਾਮ ਨਿਕਲਿਆ ਨਾ, ਵੀ ਕਹੋਗੇ ਕਾਸ਼ ਅਸੀਂ ਵੀ ਲੋਟਰੀ ਪਾਈ ਹੁੰਦੀ। ਤਾਂ ਇਸ ਕਰਕੇ ਸਲਾਹ ਮੰਨੋ, ਲੋਟਰੀ ਪਾ ਲਓ, ਜਿੰਨੇ ਵੀ ਜਾਣੇ ਹੈਗੇ ਲੋਟਰੀ ਪਾਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤੁਹਾਡੇ ਇੱਕ ਸ਼ੇਅਰ ਨਾਲ ਪਤਾ ਨਹੀਂ ਕਿਹਦਾ ਦਾਣਾ ਪਾਣੀ ਲਿਖਿਆ, ਛੇਤੀ ਛੇਤੀ ਲੋਟਰੀ ਪਾ ਲਓ ਬਾਈ। ਤੁਹਾਨੂੰ ਯਕੀਨ ਨਹੀਂ ਹੋ ਰਿਹਾ ਨਾ ਸਾਈਟ, ਮੈਂ ਤੁਹਾਨੂੰ ਸਾਈਟ 'ਤੇ ਚੈੱਕ ਕਰਾਉਂਦਾ, ਇੱਕ ਮਿੰਟ ਰੁਕ ਜਾਓ। ਆ ਸਾਈਟ 'ਤੇ ਚੈੱਕ ਕਰ ਲਓ ਬਈ, ਬੈਲਟ ਸਿਲੈਕਸ਼ਨ ਪੀਰੀਅਡ ਇੰਡੀਆ 14 ਤਰੀਕ ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2025 ਤੱਕ। ਤਾਂ ਬਾਈ ਆਪਣਾ ਟਾਈਮ ਬਹੁਤ ਘੱਟ ਆ, 14 ਤਰੀਕ ਤੋਂ ਸ਼ੁਰੂ ਹੋ ਜਾਣੀ, ਹਾਲਾਂਕਿ ਇਹ 31 ਅਕਤੂਬਰ ਤੱਕ ਕਲੋਜ਼ ਹੋਊਗੀ, ਠੀਕ ਹੈ। ਬਟ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਕਿ ਤੁਸੀਂ ਛੇਤੀ ਤੋਂ ਛੇਤੀ ਆਪਣੀ ਲੋਟਰੀ ਪਾ ਲਓ, ਤਾਂ ਕਿ 19 ਹੀ ਤੁਹਾਡੇ ਚਾਂਸਿਸ ਬਚ ਜਾਣ ਉਹਦਾ ਨਾਮ ਆਉਣ ਦੇ ਵਿੱਚ, ਲਿਸਟ ਦੇ ਵਿੱਚ ਨਾਮ ਆਉਣ ਦੇ, ਛੇਤੀ ਛੇਤੀ ਪਾ ਲਓ, ਠੀਕ ਹੈ। ਅਤੇ ਦੂਜਾ ਬਾਈ, ਬੱਚਿਆਂ ਨੂੰ ਨਾ ਐਰਰ ਬੜੇ ਆ ਰਹੇ ਨੇ, ਐਰਰ ਮੈਂ ਤੁਹਾਨੂੰ ਦਿਖਾਉਂਦਾ ਕਿਸ ਟਾਈਪ ਦੇ ਐਰਰ ਆ ਰਹੇ, ਮੈਨੂੰ ਦੱਸਿਓ ਫਿਰ ਕਮੈਂਟ ਕਰਕੇ ਕਿ ਇਹ ਐਰਰ ਆ ਰਿਹਾ ਜਾਂ ਤੁਹਾਨੂੰ ਕੋਈ ਹੋਰ ਟਾਈਪ ਦਾ ਐਰਰ ਆ ਰਿਹਾ ਵਾ, ਫਿਰ ਉਹਦਾ ਮੈਂ ਤੁਹਾਨੂੰ ਸੋਲੂਸ਼ਨ ਦੱਸੂੰਗਾ। ਆ ਗਏ ਆਪਾਂ ਸਾਈਟ 'ਤੇ, ਅਤੇ ਆ ਸਾਈਟ ਖੋਲ ਲਈ ਜੀ, ਥੱਲੇ ਆ ਗਏ ਫਸਟ ਵਰਕ ਹੋਲੀਡੇ ਵੀਜ਼ਾ, ਇੱਥੇ ਥੱਲੇ ਆ ਜਾਓ ਆਪਣਾ ਅਪਲਾਈ, ਅਪਲਾਈ 'ਤੇ ਕਰਨ ਤੋਂ ਬਾਅਦ ਇੱਥੇ ਇਹ ਫਿਲ ਨਹੀਂ ਕਰਨਾ ਹੈਗਾ, ਇਹ ਨਾ ਫਿਲ ਕਰਨ ਬਹਿ ਜਾਓ, ਇਹ ਬਹੁਤ ਲੰਬਾ ਚੌੜਾ ਪ੍ਰੋਸੈਸ ਆ। ਉਸ ਤੋਂ ਬਾਅਦ ਆ ਗਿਆ ਵਾਪਸ, ਇਹ ਮੇਰੀ ਆ ਗਈ ਜੀ ਰੈਫਰੈਂਸ ਆਈਡੀ, ਸਾਰਾ ਕੁਛ। ਹੁਣ ਆਪਾਂ ਕਈਆਂ ਦਾ ਇੱਥੇ ਤੱਕ ਵੀ ਨਹੀਂ ਖੁੱਲ ਰਿਹਾ ਹੈਗਾ, ਐਰਰ ਆ ਰਿਹਾ। ਹੁਣ ਆਪਾਂ ਜਿੱਥੇ ਜਾਂਦੇ ਹਾਂ ਨਿਊ ਐਪਲੀਕੇਸ਼ਨ 'ਤੇ, ਤਾਂ ਇੱਥੇ ਜਾ ਕੇ ਆਪਾਂ ਦੇਖਦੇ ਹਾਂ ਵਰਕ ਐਂਡ ਹੋਲੀਡੇ ਵੀਜ਼ਾ 462। ਆਹ ਚੀਜ਼ ਆ ਰਹੀ ਤੁਹਾਡੇ ਸਾਰਿਆਂ ਦੇ ਅਨਐਕਸਪੈਕਟਡ ਐਰਰ ਅਕਡ, ਪਲੀਜ਼ ਕਲੋਜ਼ ਆਲ ਦੀ ਓਪਨ ਬਰਾਊਜ਼ ਐਂਡ ਟ੍ਰਾਈ ਅਗੇਨ। ਇਹ ਚੀਜ਼ ਸਾਰੇ ਫੇਸ ਕਰ ਰਹੇ ਹੋ, ਹੈ ਨਾ। ਜਿਹੜਾ ਮੈਂ ਐਰਰ ਦਿਖਾ ਰਿਹਾ ਉਹਦਾ ਇੱਕੋ ਹੀ ਸੋਲਿਊਸ਼ਨ ਹੈ ਕਿ ਤੁਹਾਨੂੰ ਟਰਾਈ ਕਰਦੇ ਰਹਿਣਾ ਪੈਣਾ ਵਾ, ਹਰ 20 ਮਿੰਟ ਬਾਅਦ ਜਾਂ ਅੱਧੇ ਘੰਟੇ ਬਾਅਦ। ਜੇ ਸਟਿਲ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਤੁਸੀਂ ਸਾਡੇ ਕੋਲ ਅਪਲਾਈ ਕਰਾ ਸਕਦੇ ਹੋ, ਬਿਕੋਜ਼ ਸਾਡੀ ਟੀਮ ਜਿਹੜੀ ਆ ਉਹ ਨੈੱਟ 'ਤੇ ਰਹਿੰਦੀ ਆ, ਜਿਵੇਂ ਸਾਈਟ ਚੱਲਦੀ ਹੁੰਦੀ ਆ ਜਦ ਹੀ ਅਪਲਾਈ ਕਰ ਦਿੰਦੇ ਹਾਂ ਕਲਾਇੰਟ ਦਾ, ਔਰ ਇਸ ਕਰਕੇ ਉਹ ਰਜਿਸਟ੍ਰੇਸ਼ਨ ਛੇਤੀ ਹੋ ਜਾਂਦੀ ਆ।
ਠੀਕ ਹੈ। ਬਾਕੀ ਮੈਂ ਸਬਮਿਟ ਕਰ ਚੁੱਕਿਆ ਬਹੁਤ ਜਾਣਿਆਂ ਦੀ, ਤਾਂ ਮੇਰੀ ਮੈਨੂੰ ਕੋਈ ਦਿੱਕਤ ਵੈਸੇ ਤਾਂ ਹਜੇ ਤੱਕ ਇੰਨੀ ਫੇਸ ਹੋਈ ਨਹੀਂ ਹੈਗੀ। ਹਾਂ ਸਟਿਲ ਇੱਕ ਦੋ ਵਾਰ ਆਉਂਦੇ ਨੇ ਐਰਰ, ਬਟ ਇੰਨੀ ਦਿੱਕਤ ਨਹੀਂ ਆਉਂਦੀ ਹੈਗੀ। ਅਤੇ ਬਸ ਇੰਨੀ ਕੀ ਗੱਲਾਂ ਬਾਤਾਂ ਸੀਗੀਆਂ, ਤਾਂ ਛੇਤੀ ਤੋਂ ਛੇਤੀ ਵੀਡੀਓ ਨੂੰ ਸ਼ੇਅਰ ਕਰ ਦਿਉ ਆਪਣੇ ਦੋਸਤਾਂ ਮਿੱਤਰਾਂ ਨਾਲ, ਅਤੇ ਪਤਾ ਨਹੀਂ ਬਈ ਕਿਹਦਾ ਨਾਮ ਨਿਕਲਿਆ ਨਾ ਵਾ, ਔਰ ਟਾਈਮ ਬੜਾ ਘੱਟ ਰਹਿ ਗਿਆ, ਔਰ ਅਪਲਾਈ ਕਰਾਓ। ਪੈਸੇ ਨਾ ਦੇਖੋ, ਪੈਸੇ ਸੋਚੋ ਕਿ ਤੁਸੀਂ ਦਾਨ ਕਰਤੇ ਯਾਰ, ਜੇ ਤੁਹਾਡਾ ਨਹੀਂ ਵੀ ਨਾਮ ਆਉਂਦਾ, ਪਰ ਤੁਸੀਂ ਇੱਕ ਵਾਰ ਅਪਲਾਈ ਕਰਾਓ, ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਐਂ ਨਾ ਹੋਵੇ ਕਿ ਯਾਰ ਮੈਂ ਅਪਲਾਈ ਨਹੀਂ ਕਰਾਇਆ। ਠੀਕ ਹੈ, ਚਲੋ।